ਅੱਜ ਅਸੀਂ ਖੜੇ ਹਾਂ ਵਾਰਡ ਨੰਬਰ 69 ਲੁਧਿਆਣਾ ਪੱਛਮੀ ਦਾ ਇਹ ਵਾਰਡ ਹੈ। ਇੱਥੇ ਦੇ ਤੁਹਾਨੂੰ ਹਾਲਾਤ ਦਿਖਾਉਂਦੇ ਹਾਂ। ਇਹ ਪੌਸ਼ ਇਲਾਕਾ ਲੁਧਿਆਣੇ ਦਾ, ਮੋਲਟਨ ਐਕਸਟੈਂਸ਼ਨ ਏ ਬਲੋਕ ਸ਼ਾਸਤਰੀ ਨਗਰ, ਇਹ ਉਹ ਵਾਰਡ ਹੈ ਹਰਨਾਮ ਨਗਰ ਵਿੱਚ ਏਰੀਆ ਆਉਂਦਾ। ਆਹ ਦੇਖੋ ਜੀ ਇੱਥੇ ਦੇ ਹਾਲਾਤ। ਇਹ ਮੋਲਟਾਊਨ ਐਕਸਟੈਂਸ਼ਨ ਮਾਰਕੀਟ ਹੈ, ਜਿਹੜੀ ਟਿਊਸ਼ਨ ਮਾਰਕੀਟ ਜਿਹਨੂੰ ਕਿਹਾ ਜਾਂਦਾ, ਉਹਦੀ ਬੈਕ ਸਾਈਡ ਦੀ ਗਲੀ ਹੈ। ਸਾਰੀ ਸੜਕ ਟੁੱਟੀ ਪਈ ਹੈ ਅਤੇ ਕੂੜੇ ਦੇ ਹਾਲਾਤ। ਇਹ ਕੂੜਾਦਾਨ ਬਣਿਆ ਹੋਇਆ ਸੜਕ, ਪੌਸ਼ ਇਲਾਕਾ ਹੈ, ਕੂੜਾਦਾਨ 'ਚ ਕਨਵਰਟ ਕੀਤਾ ਹੋਇਆ। ਆਹ ਦੇਖੋ ਜੀ ਮੁਹੱਲੇ ਵਾਲੇ ਮਜਬੂਰ ਨੇ ਇੱਥੇ ਗੇਟ ਲਾਉਣ ਨੂੰ। ਇਹ ਕੋਈ ਸ਼ੌਂਕੀਆ ਕਿਸੇ ਮੁਹੱਲੇ ਨੂੰ, ਇਹ ਨਹੀਂ ਹੁੰਦਾ ਵੀ ਕੋਈ ਮਾਰਕੀਟ ਦੀ ਅਸੈਸੇਬਿਲਿਟੀ ਬੰਦ ਕਰੇ, ਕੋਈ ਸ਼ੌਂਕ ਨਾਲ ਨਹੀਂ ਕਰਦਾ। ਹਾਲਾਤ ਹੀ ਇੰਨੇ ਮਾੜੇ ਨੇ, ਬਿਲਕੁਲ ਮੇਨਟੇਨ ਨਹੀਂ, ਕੂੜਾ ਹੀ ਕੂੜਾ ਪੂਰੀ ਹਲਤਾ। ਦੇਖੋ ਜੀ ਇਹ ਪੌਸ਼ ਇਲਾਕਾ। ਜਦੋਂ ਇੱਥੇ ਐਮ ਸੀ ਦੀਆਂ ਚੋਣਾਂ ਹੋਈਆਂ, ਵੱਡੇ ਵੱਡੀ ਗੱਲਾਂ ਕੀਤੀਆਂ ਗਈਆਂ ਬਈ ਐਮ ਐਲ ਏ ਸਾਡਾ ਜੀ, ਐਮ ਪੀ ਸਾਡਾ, ਮੰਤਰੀ ਵੀ ਸਾਡਾ, ਫਿਰ ਕੌਂਸਲਰ ਵੀ ਸਾਡਾ ਹੀ ਬਣਾਓ, ਅਤੇ ਬਣਾਤਾ। ਅਤੇ ਅੱਜ ਹਾਲਾਤ ਦੇਖ ਲਓ ਕੀ ਨੇ, ਇੱਕ ਸਾਲ ਤੋਂ ਉੱਪਰ ਹੋ ਚੁੱਕਾ, ਐਮ ਸੀ ਚੋਣਾਂ ਹੋਈਆਂ ਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ, ਅਤੇ ਹਾਲਾਤ ਤੁਹਾਡੇ ਸਾਹਮਣੇ ਹੈ। ਆਹ ਦੇਖੋ ਅੱਗੇ ਵੀ ਸੜਕ ਟੁੱਟੀ ਪਈ ਹੈ, ਗਾਂਹ ਤੱਕ ਇੱਦਾਂ ਹੀ ਹੈ ਸਾਰਾ। ਅੱਗੇ ਗੁਰਦੁਆਰਾ ਸਾਹਿਬ ਹੈ ਜੀ, ਮਾਰਕੀਟ ਦੇ ਇੱਕ ਸਾਈਡ 'ਤੇ ਗੁਰਦੁਆਰਾ ਸਾਹਿਬ ਹੈ, ਇੱਕ ਸਾਈਡ 'ਤੇ ਕ੍ਰਿਸ਼ਨਾ ਮੰਦਿਰ ਹੈ। ਅਤੇ ਸਾਰੀ ਸੜਕ ਟੁੱਟੀ ਪਈ, ਗੰਦ ਪਿਆ ਹੋਇਆ। ਮੇਰੀ ਸਤਿਕਾਰਯੋਗ ਕੌਂਸਲਰ ਸਾਹਿਬ ਨੂੰ ਬੇਨਤੀ, 3 ਦਿਨ ਦਾ ਟਾਈਮ, 3 ਦਿਨ ਦੇ ਵਿੱਚ ਜੇ ਤਾਂ ਇੱਧਰੋਂ ਕੂੜਾ ਚੱਕਿਆ ਗਿਆ ਠੀਕ ਹੈ, ਨਹੀਂ ਅਸੀਂ ਚੱਕ ਕੇ ਇੱਧਰੋਂ ਕੂੜਾ ਉਹਨਾਂ ਦੇ ਘਰ ਦੇ ਬਾਹਰ ਸੁੱਟਾਂਗੇ। ਅਸੀਂ ਇੱਕ ਜ਼ਿੰਮੇਵਾਰ ਸਿਟੀਜ਼ਨ ਹਾਂ, ਅਸੀਂ ਕੋਈ ਇਹ ਨਹੀਂ ਵੀ ਉੱਥੇ ਸੁੱਟ ਕੇ ਅਤੇ ਐਵੇਂ ਏਰੀਏ ਨੂੰ ਖਰਾਬ ਕਰਾਂਗੇ। ਅਸੀਂ ਕੁਛ ਘੰਟੇ ਉੱਤੇ ਸੁੱਟਾਂਗੇ ਤਾਂ ਕਿ ਉਹਨਾਂ ਨੂੰ ਮਹਿਸੂਸ ਹੋ ਸਕੇ ਵੀ ਇਸ ਇਲਾਕੇ ਦੇ ਲੋਕ ਕਿਸ ਗੰਦ 'ਚ ਜੀਂਦੇ ਨੇ, ਕੂੜੇ 'ਚ ਰਹਿਣ ਦਾ ਮਤਲਬ ਕੀ ਹੈ ਉਹਨਾਂ ਨੂੰ ਵੀ ਪਤਾ ਲੱਗੇ। ਸ਼ਾਮ ਨੂੰ ਅਸੀਂ ਉੱਧਰੋਂ ਕੂੜਾ ਚੱਕ ਲਾਂਗੇ, 3 ਦਿਨ ਦਾ ਟਾਈਮ ਹੈ, 3 ਦਿਨ 'ਚ ਇਹ ਚੱਕਿਆ ਗਿਆ ਠੀਕ ਹੈ, ਨਹੀਂ ਕੂੜਾ ਚੱਕ ਕੇ ਉਹਨਾਂ ਦੇ ਘਰ ਦੇ ਬਾਹਰ ਸੁੱਟਾਂਗੇ। ਉਮੀਦ ਕਰਦਾ ਵੀ ਇਹ ਕੰਮ ਕਰਨ ਦੀ ਲੋੜ ਨਾ ਪਵੇ, ਕੌਂਸਲਰ ਸਾਹਿਬ ਜਾਗ ਜਾਣ ਅਤੇ ਇਹ ਕੰਮ ਕਰਾ ਲਓ। ਬਹੁਤ ਬਹੁਤ ਧੰਨਵਾਦ।